ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਪਿੰਡ ਪਿਛੋਕਰਾਂ ਵਾਲਾ ਲੈ ਕੇ ਆਇਆ ਨਵਾਂ ਵਲੋਗ, ਅਤੇ ਅੱਜ ਤੁਹਾਨੂੰ ਫੇਮਸ ਬੰਦੇ ਨਾਲ ਬੁਲਾ ਰਹੇ ਹਾਂ ਜਿਹੜਾ ਕਿ ਆਸਟ੍ਰੇਲੀਆ ਵਿੱਚ ਅਤੇ ਸਾਰੇ ਵਰਲਡ ਵਿੱਚ ਧੁੰਮਾ ਪਾ ਰਿਹਾ, ਉਹ ਵੀ ਸਪੋਰਟਸ ਦੇ ਨਾਲ। ਅਤੇ ਆਪਾਂ ਤੁਹਾਨੂੰ ਪਤਾ ਆਸਟ੍ਰੇਲੀਆ ਵਿੱਚ ਆਏ ਹਾਂ, ਅਤੇ ਤੁਹਾਨੂੰ ਅੱਜ ਮਿਲਾਉਂਦੇ ਹੁੰਦੇ ਨੇ ਜਾ ਕੇ, ਅਤੇ ਦੇਖਿਓ ਕਿੱਦਾਂ ਤੁਹਾਨੂੰ ਬੰਦਾ ਲੱਗਦਾ। ਡਾਊਨ ਟੂ ਅਰਥ ਹੈ ਪੂਰਾ ਬੰਦਾ, ਠੀਕ ਹੈ ਜੀ। ਓਕੇ, ਮਿਲਦੇ ਹਾਂ ਜੀ, ਆ ਜਾਓ। ਲੈ ਜਾਓ, ਅੱਜ ਤਾਂ ਵੈਦਰ ਬਹੁਤ ਵਧੀਆ, ਵਧੀਆ ਵੈਦਰ ਅੱਜ। ਆ ਸਾਹਮਣੇ ਹਾਈਵੇ ਜਾਂਦਾ ਇੱਧਰ, ਠੀਕ ਹੈ। ਇੱਧਰ ਵੀ ਗੱਡੀ ਖੜੀ, ਆਹ ਜਿਹੜਾ ਏਰੀਆ ਸਾਰਾ ਹੈ ਨਾ, ਸਾਰੇ ਮੋਸਟਲੀ ਕਹਿੰਦੇ ਆਪਣੇ ਬੰਦੇ, ਪੰਜਾਬੀ ਜਾਂ ਇੰਡੀਅਨ ਦੇ ਬੰਦੇ ਹੀ ਆ ਸਾਰੇ ਇੱਥੇ। ਬ੍ਰਾਂਡ ਨਿਊ ਘਰ ਸਾਰੇ ਇੱਥੇ, ਇਹ ਕਮਲ ਦਾ ਘਰ ਆ, ਇਹ ਬਹੁਤ ਵਧੀਆ ਘਰ ਬਣਾਇਆ। 700-800 ਸਕੁਅਰ ਮੀਟਰ ਆ, ਮਤਲਬ 400-500 ਸਕੁਅਰ ਮੀਟਰ ਨੇ, 400-500 ਸਕੁਅਰ ਮੀਟਰ ਨੇ ਛੱਤਿਆ ਜੀ ਸਾਰਾ ਇਹ। ਤੁਹਾਨੂੰ ਕੰਮ ਫਿਰ ਕਿਸੇ ਦਿਨ ਮੈਂ ਪਾਊਂਗਾ ਵੀਡੀਓ ਘਰ ਦੀ, ਸਾਰੀ ਵਿਜ਼ਿਟ ਕਰਾਊਂਗਾ ਘਰ, ਇਹ ਤਾਂ ਬਣੇ ਨਾਲੇ ਕਿੰਨੇ ਦਾ ਘਰ ਆ ਇਹ ਵੀ। ਆਹ ਦੇਖੋ ਸਾਹਮਣੇ ਘਰ, ਉੱਧਰ ਇੱਧਰ ਆ ਮੂਹਰੇ ਨਾਲੇ ਹੀ ਇੱਧਰ ਟ੍ਰੇਨ ਜਾਂਦੀ, ਇਹਦੇ ਨਾਲੇ ਹੀ ਟ੍ਰੇਨ ਆ। ਇਹਦੇ ਫੈਂਸ ਲਾਈ ਹੋਈ ਨਾ, ਆਪ ਕੇ ਦਿਖਾ ਲਿਆ ਟ੍ਰੇਨ ਕਿੱਥੇ, ਟ੍ਰੇਨ ਦੀ ਪਲਟੀ ਕਿੱਥੇ ਆ, ਇੱਥੇ ਕਿ ਆ ਹੀ ਰੱਖੋ। ਆ ਦੀਦੀ ਨਹੀਂ ਮਿਲਣਾ ਤੁਹਾਨੂੰ ਸ਼ਾਇਦ, ਹੈ ਨਾ। ਉਹ ਸਾਹਮਣੇ ਇੱਧਰ ਘਰ, ਕੰਸਟਰਕਸ਼ਨ ਬਹੁਤ ਫਾਸਟ ਹੋ ਰਹੀ ਹੈ ਇੱਥੇ, ਸਾਰੇ ਪਾਸੇ ਪਾਸੇ ਰੋਡਾਂ ਦਾ, ਘਰਾਂ ਦਾ ਬੜਾ ਤੇਜ਼ੀ ਨਾਲ ਕੰਮ ਚੱਲ ਰਿਹਾ, ਠੀਕ ਹੈ। ਪਰ ਇੱਕ ਗੱਲ ਮੈਂ ਦੇਖੀ, ਇੱਥੇ ਘਰ ਤਾਂ ਬਹੁਤ ਬਣਿਆ, ਪਰ ਰੋਡ ਬਹੁਤ ਛੋਟੇ ਛੋਟੇ, ਜਿੱਦਾਂ ਦਾ ਦੇਖੋ ਗੱਡੀ ਇੱਥੇ ਲੱਗੀ ਹੋਆ ਜਾਂ ਗੱਡੀ ਇੱਧਰ ਲੱਗੀ ਹੋਆ, ਆਹ ਥੋੜ੍ਹਾ ਜਿਹਾ ਰੋਡ ਆ। ਸਾਡੇ ਨਿਊਜ਼ੀਲੈਂਡ ਵਿੱਚ ਵੀ ਤਾਂ ਘਰ ਤਾਂ ਹੈਗੇ ਜਦੋਂ ਠੀਕ ਆ, ਉੱਥੇ ਆਸੇ ਪਾਸੇ ਹੈ ਜਿੱਦਾਂ ਮਰਜ਼ੀ ਛੋਟੇ ਹੋਣ ਵੱਡੇ ਹੋਣ ਘਰ, ਪਰ ਰੋਡ ਜਿਹੜੇ ਕਾਫੀ ਖੁੱਲ੍ਹੇ ਆ, ਬਣਾਏ ਹੁੰਦੇ ਤਾਂ ਕਿ ਗੱਡੀ ਈਜ਼ੀ ਲੰਘ ਜਾਵੇ। ਉਹ ਬੰਦਾ ਆ ਗਿਆ ਸਾਡਾ ਮਨਾ ਲੈਣ, ਨੰਬਰ ਪਲੇਟ ਵੀ ਖੁੱਤਣ ਦੀ ਲਈ ਹੋਏ ਨੇ। ਆ ਰਿਹਾ ਜੀ ਬੰਦਾ, ਹਾਂਜੀ ਮਹਾਰਾਜ ਕਿੱਦਾਂ ਜੀ, ਕੀ ਹਾਲ ਚਾਲਿਆ ਜੀ? ਦੱਸ, ਕੋਈ ਨਹੀਂ ਮੈਂ ਪਿੱਛੇ ਪੈਂਦਾ, ਨਹੀਂ ਕੋਈ ਨਹੀਂ। ਇਹ ਰਜੇਸ਼ ਜੀ, ਇਹ ਰਜੇਸ਼ ਕੁੱਤਨ, ਇਹ ਭਾਜੀ ਦਾ ਜੀਵਨ ਦਾ ਦਮ ਘਰੇ ਸੀਗਾ ਦੂਜਾ, ਕਹਿੰਦੀ ਘਰੇ ਹੀ ਆ, ਠੀਕ ਹੈ। ਇੱਧਰ ਦੇਖੋ ਲਾਈਟਾਂ ਲੱਗੀਆਂ ਵੀ ਇੰਡੀਅਨ ਘਰ ਆ, ਕਿਉਂਕਿ ਦਵਾਈ ਨਾ ਕੇ ਗਈ ਆ ਨਾ, ਠੀਕ ਹੈ। ਇੱਧਰ ਆ ਨਾਲ ਪਟੜੀ ਜਾਂਦੀ, ਇੱਧਰ ਹਾਈਵੇ ਆ, ਬਿਊਟੀਫੁਲ ਹਾਊਸ ਸਾਰੇ ਬਣੇ ਹੋਏ ਇੱਧਰ। ਇੱਥੇ ਗੱਲ ਚੱਲਦੀ ਹੈ ਇਹਦੀ, ਗੱਲ ਚੱਲਦੀ ਹੈ ਇਹਦੀ। ਆ ਜਾ ਵੀ ਇੰਡੀਆ ਦਾ ਘਰ ਆ, ਕਿਉਂਕਿ ਲਾਈਟਾਂ ਲੱਗੀਆਂ ਇਹਦੇ ਹਜੇ। ਪੰਜਾਬੀ ਦੇ ਸਾਰੇ ਇੱਧਰ, ਪੰਜਾਬੀ ਰਹਿੰਦੇ ਸਾਰੇ ਹੈ, ਮੋਸਟਲੀ ਕਹਿੰਦੇ ਪੰਜਾਬੀਆਂ ਦੇ ਏਰੀਆ, ਕਹਿੰਦਾ ਕਿਉਂਕਿ ਜਿੱਦਣ ਇਹ ਦਿਵਾਲੀ ਸੀ ਨਾ, ਸਾਰੇ ਘਰਾਂ ਲਾਈਟਾਂ ਲੱਗੀਆਂ, ਉਹ ਦੇਖਦੇ ਹੋਏ ਲਾਈਟਾਂ ਲੱਗੀਆਂ ਹੈ। ਘਰ ਸੋਲਡ ਹੋਣੇ ਮਿਲਾਇਆ ਹੋਇਆ ਨਾ, ਹੈ ਬਣਦਾ ਘਰ ਆ ਜਿੱਧਰ, ਇੱਧਰ ਵੀ ਲਾਈਟਾਂ ਲੱਗੀਆਂ। ਆਪਣੇ ਹੈਰੀ ਭਾਈ ਦਾ ਘਰ ਆ ਗਿਆ, ਆਹ ਡਬਲ ਸਟੋਰੀ ਘਰ ਜਿਹੜਾ ਆ, ਇਹ ਵੀ ਤੁਹਾਨੂੰ ਕਰਾਵਾਂਗੇ ਵਿਜ਼ਿਟ ਕਿਸੇ ਦਿਨ ਜੇ ਟਾਈਮ ਲੱਗਾ, ਹਜੇ ਬਿਜ਼ੀ ਬਹੁਤ ਹਾਂ ਅਸੀਂ, ਹੈਂ ਅਜੇ ਬਹੁਤ ਬਿਜ਼ੀ ਹਾਂ ਅਸੀਂ। ਹੈਰੀ ਕੁੱਤਣ ਸਾਹਿਬ ਦਾ ਘਰ, ਆਹ ਗੱਡੀ ਖੜੀ ਆ, ਇਹ ਜੀਵਨ ਆਦਿ ਆ, ਇਹਦਾ ਟਰੱਕ,
ਹਰਜੇਸ਼ ਕੁਮਾਰ ਤੁਹਾਨੂੰ ਇਹਦਾ ਵੀ ਘਰ ਦਾ ਵਿਜ਼ਿਟ ਕਰਾਵਾਂਗੇ ਫੇਰ ਕਿਸੇ ਦਿਨ ਬਿਊਟੀਫੁਲ ਹਾਊਸ ਤੁਹਾਨੂੰ ਪੂਰੀ ਵਿਜ਼ਿਟ ਫੇਰ ਕਰਾਵਾਂ ਕਿਸੇ ਦਿਨ ਘਰ ਠੀਕ ਹੈ ਸਰ ਅੱਜ ਮਾੜੀ ਜਿਹੀ ਅੱਜ ਜਿਵੇਂ ਦੱਸ ਅੱਜ ਤੇਰੇ ਮੁਕਾਇਆ ਗੱਲ ਮੁਖੀ ਜਾਣੀ ਗੱਲ ਤੇਰੀਆਂ ਮੁਕਾਇਆ ਸੱਚੀ ਮੁੱਕ ਜਾਣੀ ਮਾੜਾ ਸੁਣਾ ਮਾੜਾ ਆਪਣੇ ਯੂਟਿਊਬ ਤੇ ਗਾਣੇ ਪਾਇਓ ਕਿਹੜੇ ਚੈਨਲ ਤੇ ਪਾਇਆ ਭਾਜੀ ਓਕੇ ਠੀਕ ਹੈ ਭਾਜੀ ਸੈਡ ਸੌਂਗ ਹੈ ਜਾਂ ਭੰਗੜੇ ਵਾਲੇ ਆ ਤੇਰੀ ਅੱਖੀਆਂ ਚੋਂ ਪਿਆਰ ਵਾਜਾ ਮਾਰਦਾ ਤੇਰੇ ਹੁਸਨ ਦਾ ਹੋ ਗਿਆ ਮੁਰੀਦ ਮੈਂ ਨੀ ਲੱਗ ਸੀਨੇ ਨਾਲ ਸੁਣ ਦੁੱਖ ਯਾਰ ਦਾ ਤੂੰ ਹੀ ਬਣੇ ਮੇਰੀ ਕਰਦਾ ਉਮੀਦ ਮੈਂ ਲੱਗ ਸੀਨੇ ਨਾਲ ਤੇ ਇਹ ਭਾਜੀ ਆਪਣਾ ਗਾਣਾ ਨਹੀਂ ਹੈ ਹਾਂਜੀ ਕਿਸੇ ਹੋਰ ਦਾ ਗਾਣਾ ਸੀ ਮੈਂ ਵੈਸੇ ਸੁਣਾ ਚਲੋ ਠੀਕ ਹੈ ਕੋਈ ਆਪਣਾ ਗਾਣਾ ਸੈਡ ਸੌਂਗ ਸੁਣਾਓ ਫੇ ਜਿਹੜਾ ਗਾਇਆ ਤੁਸੀਂ ਮੇਰੇ ਤੇ ਭਾਜੀ ਯੂਟਿਊਬ ਤੇ ਸੁਣਿਆ ਜ਼ਿਆਦਾ ਵਧੀਆ ਲੱਗਿਆ ਅੱਛਾ ਜੀ ਉਹ ਗਾਣਿਆਂ ਦੀ ਕੰਪੋਜ਼ ਇਦਾਂ ਦੀ ਕਿ ਮਿਊਜ਼ਿਕ ਚ ਜ਼ਿਆਦਾ ਵਧੀਆ ਲੱਗਦਾ ਚਲੋ ਠੀਕ ਹੈ ਮਹਾਰਾਜ ਚਲੋ ਕੋਈ ਨਹੀਂ ਇੱਕ ਵਾਰ ਕਰਕੇ ਗਾਣਾ ਇੱਕ ਵਾਰ ਕਹ ਹਰੀ ਭਾਈ ਦਾ ਵੀ ਅੱਜ ਗੱਭਰੂ ਗਾਣਾ ਉਹ ਵੀ ਤੁਸੀਂ ਸੁਣਿਓ ਗੱਭਰੂ ਗਾ ਮੈਂ ਦੱਸਿਆ ਮੈਂ ਸਕਾ ਵੀ ਗੱਭਰੂ ਰੱਖਣਾ ਇਹਦਾ ਹਨਾ ਜੀ ਆਹਾ ਪਰ ਹੋ ਅਸੀਂ ਖਾਣ ਤੋਂ ਤੇ ਹੁਣ ਚਾਹ ਆ ਗਈ ਵਿਆਹ ਕੀ ਨਾਲ ਆ ਗਿਆ ਆਪਣੇ ਦੇ ਨਾਲ ਬੇਸਨ ਬਣੀ ਇਹ ਸਾਡੇ ਜੀਣਾ ਜੀਵਨ ਦਾ ਜੀ ਇਹ ਸਾਡੇ ਜੀ ਨਿੱਗਰ ਬੰਦੇ ਆ ਸਾਡੇ ਮਾਫੀ ਦੂਜੀ ਵੀ ਸੀ ਉਹ ਸਭ ਉਧਰ ਵੀ ਆ ਚਲੋ ਜੀ ਠੀਕ ਹੈ ਜੀ ਉਹ ਤੁਰ ਪਿਆ ਜੀ ਆਪਾਂ ਕੰਮ ਭਾਜ ਨੇ ਮੈਂ ਨਾ ਹੈਰੀ ਸਾਹਿਬ ਨਾਲ ਅਤੇ ਨਾ ਪਿੱਛੇ ਬੈਠੇ ਆ ਜੀਵਨ ਭਾਜੀ ਜੀ ਸਾਡੇ ਕੋਚ ਸਾਹਿਬ ਅਤੇ ਬਸ ਹੁਣ ਪੰਜ ਮਿੰਟ ਦਾ ਰਸਤਾ ਇੱਥੇ ਅਤੇ ਉੱਥੇ ਜਦੋਂ ਜਿੰਮ ਦਿਖਾ ਦੇ ਨਾਲੇ ਉਹਨਾਂ ਦਾ ਭਾਜੀ ਨੇ ਮਾਉਂਦੇ ਆ ਠੀਕ ਹੈ ਜੀ ਪਹੁੰਚ ਗਏ ਆਪਾਂ ਕੰਮ ਆ ਜਿੰਮ ਦਿਖਾ ਦੇ ਆਸੇ ਪਾਸੇ ਇੱਥੇ ਹੈਂ ਆ ਜਾ ਬਹਿ ਜਾ ਮੋਟਰਸਾਈਕਲ ਖੜਾ ਕੀਤਾ ਉਹਦੇ ਲਾ ਦਿੰਦਾ ਉਹਨਾਂ ਦਾ ਇਹ ਹੈਂ ਆਹੋ ਆ ਇੱਦਾਂ ਆਹ ਇੱਦਾਂ ਜਮਦੇ ਹੁੰਦਾ ਹੈਂ ਆਹ ਖੜੇ ਭਾਅ ਜੀ ਆਪਣੇ ਲੱਗੇ ਹੋਏ ਨਾਲ ਤੁਹਾਨੂੰ ਨਿਊਜ਼ੀਲੈਂਡ ਵਿੱਚ ਵੀ ਕਾਫੀ ਭਾਈ ਦੇ ਫੋਲੋਅਰ ਆ ਤੇ ਵਧੀਆ ਲੱਗ ਰਿਹਾ ਆਪਣੇ ਏਰੀਏ ਦਾ ਕਾਫੀ ਤੋਂ ਭਾਈ ਸਾਡਾ ਪਿੰਡ ਸ਼ੁਕਰ ਆ ਭਾਈ ਆਪਣੇ ਨਾਲ ਅੱਛਾ ਠੀਕ ਹੈ ਜੀ ਤੁਸੀਂ ਗੱਲ ਤੁਸੀਂ ਖਿੱਚਦੀ ਆ ਹਾਂ ਸਾਡੇ ਸਾਨੂੰ ਸੀਗੇ ਜਿਹਨਾਂ ਨਾਲ ਲੱਗੀ ਹੋਇਆ ਹੁਣ ਆਪਣੇ ਸਾਡੇ ਮਨ ਨਾਲ ਕਰ ਰਹੇ ਹੁਣ ਭਾਈ ਤੇ ਰਾਜੂ ਤੇ ਕਿਸ਼ਨ ਅਸੀਂ ਇਕੱਠੇ ਕਰਦੇ ਰਹੇ ਹਾਂਜੀ ਹਾਂਜੀ ਤੇ ਭਾਜੀ ਗਾਣਾ ਟੂਰ ਲਾਈਏ ਹਾਂਜੀ ਹਾਂਜੀ ਭਾਜੀ ਅਸੀਂ ਭਾਈ ਜਦੋਂ ਨਾ ਜਿੱਥੋਂ ਚੱਲ ਕੀਤਾ ਅਸੀਂ ਅਫਸਰ ਕੀਤਾ ਪੋਸਟਰ ਹੁੰਦਾ ਸੀਗਾ ਲੱਗ ਨਹੀਂ ਪੋਸਟਰ ਜੇ ਬਾਹਰ ਹੁੰਦਾ ਅਖਸਰ ਤੇ ਹਾਂ ਉਹਨੇ ਆਖਿਆ ਫੋਟੋ ਪਾਈ ਹੁੰਦੀ ਵੀ ਆਹ ਐਕਸਰਸਾਈਜ਼ ਆ ਹੈ ਐਕਸਰਸਾਈਜ਼ ਆ ਸਾਨੂੰ ਪਤਾ ਨਹੀਂ ਹੁੰਦਾ ਸੀਗਾ ਵੀ ਕਿਹੜੀ ਐਕਸਰਸਾਈਜ਼ ਹੋਣੀ ਆ ਅਤੇ ਅਸੀਂ ਜਿਹੜਾ ਸਵੇਰ ਜਾਣਾ ਉਹ ਫੇਰ ਜਿੱਦਾਂ ਲੱਗ ਜਾਂਦੇ ਆ ਕੋਈ ਲੱਤਾਂ ਦੀ ਪਿੱਛੇ ਬਾਹਾਂ ਦੀ ਪਿੱਛੇ ਦੂਜੀ ਆਣੀ ਆ ਉਹ ਸਵੇਰ ਨੂੰ 5-7-8 ਐਕਸਰਸਾਈਜ਼ ਹੋ ਲਾਣੀ ਆ ਅਤੇ ਸ਼ਾਮ 7-8 ਹੋਰ ਆਣੀ ਉਦੋਂ ਆਈ ਹੁੰਦਾ ਸੀਗਾ ਉਦੋਂ ਨਾ ਤਾਂ ਯੂਟਿਊਬ ਨਾ ਗੂਗਲ ਨਾ ਕੋਈ ਲੈਣਾ ਨਾ ਦੇਣਾ ਅਸੀਂ ਵੀ ਜਿਹੜਾ ਸਟਾਰਟ ਕਰਿਆ ਸੀ ਪਹਿਲਾਂ ਅਸੀਂ ਪੋਸਟਰਾਂ ਦੇਖ ਕੇ ਨਾ ਹਾਂਜੀ ਵਿਆਹ ਉਹ ਪਰ ਵਧੀਆ ਟਾਈਮ ਸੀਗਾ ਉਹਨਾਂ ਕੀ ਆ ਤੁਹਾਡਾ ਦਿਮਾਗ ਤੁਹਾਡੀ ਜਿਹੜੀ ਬੋਡੀ ਆ ਉਹ ਜ਼ਿਆਦਾ ਐਕਸਾਈਟ ਹੁੰਦੀ ਆ ਕਿ ਐਵੇਂ ਕਰਨਾ ਜਦੋਂ ਚੀਜ਼ ਇੱਦਾਂ ਮਿਲ ਜਾਂਦੀ ਹੈ ਨਾ ਹੁਣ ਜਦੋਂ ਸਾਰਾ ਕੁਝ ਯੂਟਿਊਬ 'ਤੇ ਪਿਆ ਹੁਣ ਦੇਖੋ ਇਹ ਗੱਲ ਨੋਟ ਕਰਿਓ ਉਦੋਂ ਆਪਣੇ ਕਿੰਨੇ ਮੁੰਡੇ ਸੀ ਮੈਨੂੰ ਆਪਣਾ ਦੱਸੋ ਕਿੰਨੇ ਮੁੰਡੇ ਵਧੀਆ ਬੋਡੀ ਬਿਲਡਿੰਗ ਕਰਦੇ ਥੋੜ੍ਹੇ
क्योंकि जो गंद मंद आया 2004 तो बाद आया पर एंड ऑफ द डे तो लंबी रेस है लंबी रेस कौन रखे है लंबी रेस तो पता लगता पर चक्कर की है वह एक जज्बा नहीं है अं छे छः किलोमीटर दस दस किलोमीटर साइकिलों के लग जाते हैं है ना तो उदो जज्बा सी पता ही इन्ने बजे उठना उधरों प्रभात फिर जानी उधरों ही जिम सो हूँ वो जज्बा घट गया जो चीज़ ईजी अवेलेबल हो जाती है उन्ना की है बंदे की फिर जी होंगी है जज्बा घट जाता पर हूँ साढ़े ना तो उही करते होंगे मूहना से मूहना थोड़ा सीनियर से कहो तो राजू ਮੈਂ ਬੰਦੀ ਗੋਲਡ ਸਟਾਰ ਦੇ ਉੱਤੇ ਗੋਲਡ ਸਟਾਰ ਜਮ ਹੋਈ ਜਮਨ ਉਦੋਂ ਉਦੋਂ ਹੋਈ ਹੁੰਦਾ ਤੇ ਕੰਮ ਤਾਂ ਤੁਸੀਂ ਕਦਾਂ ਹੁੰਦੇ ਜੀ ਸਾਈਕਲ ਤੇ ਚੱਲਦੇ ਹੋ ਠੀਕ ਹੈ ਜੀ ਕਦੇ ਕੁੱਤੇ ਪੈਣੇ ਹੱਡਾ ਰੂੜੀ ਵਾਲੇ ਕਦੇ ਹੋਏ ਕਦੇ ਹੋਏ ਤੇ ਹੁਣ ਭਾਈ ਮੁੰਡੇ ਕਿਦਾਂ ਹੋ ਜਾਂਦੇ ਸੀ ਲਾਉਣ ਮੁੰਡੇ ਕਿਦਾਂ ਦੇ ਭਾਈ ਹੁਣ ਜਾਂਦੇ ਕਿੱਥੇ ਹੁਣ ਹੈ ਨਹੀਂ ਹੈ ਨਾ ਸਾਡੇ ਪਿੰਡੋਂ ਮੈਨੂੰ ਨਹੀਂ ਲੱਗਦਾ ਕੋਈ ਜਾਂਦਾ ਉੱਥੇ ਕਿਉਂਕਿ ਹੁਣ ਥੋੜਾ ਬਹੁਤਾ ਪਿੰਡ ਵੀ ਰੱਖ ਰੁਖ ਦਿੱਤਾ ਪਿੰਡ ਪੰਜਾਬ ਵਾਲਿਆਂ ਨੇ ਹਨਾ ਥੋੜਾ ਜਿਹਾ ਹੋ ਗਿਆ ਸਾਰੇ ਪਿੰਡਾਂ ਦੀ ਮੋਤੀ ਪਰ ਉਹ ਵੀ ਐਂ ਆ ਕਿ ਜਜ਼ਬਾ ਘੱਟ ਹੈ ਲੋਕ ਦਾ ਡੇਰਾ ਉਹ ਨਿਕਲ ਨਹੀਂ ਰਿਹਾ ਜਿੰਨਾ ਉਹ ਪਹਿਲਾਂ ਮਿਸਟਰ ਨਵਾਂ ਸ਼ਹਿਰ ਹੁੰਦਾ ਸੀਗਾ ਛੋਟੇ ਉੱਪਰੇ ਤੋਂ ਇੱਧਰੋਂ ਉੱਧਰੋਂ ਮਤਲਬ ਪੂਰਾ ਕਿੜਮਸ ਪੈਂਦਾ ਸੀ ਸੌਂਪ ਦੇ ਗੇੜ 'ਚ ਮੁੰਡਾ ਹੋ ਜਾਂਦਾ ਸੀਗਾ ਹੁਣ ਮੇਰੀ ਆ ਪਿੱਛੇ ਜਿਹੇ ਭਾਜੀ ਉਹਨਾਂ ਨਾਲ ਗੱਲ ਹੋਈ ਆ ਉਹ ਕਹਿੰਦੇ ਆਉਂਦੇ ਨਹੀਂ 10-15 ਮੁੰਡੇ ਪਾਰਟੀਸਪੇਟ ਅਮਾ ਕਿ ਐਡਵਾਂਸ ਜਿਹੜਾ ਇੱਕ ਮਾਹੌਲ ਹੈ ਹੁਣ ਐਡਵਾਂਸ ਟੈਕਨੋਲੋਜੀ ਸਾਰਾ ਕੁਝ ਮਿਲ ਰਿਹਾ ਉਹਨੂੰ ਖੁਰਾਕ ਦੀ ਨੌਲੇਜ ਮਿਲ ਰਹੀ ਗੂਗਲ 'ਤੇ ਯੂਟਿਊਬ 'ਤੇ ਵਟ ਐਵਰ ਜੋ ਵੀ ਹੈ ਨਾ ਹੁਣ ਸਮਾਂ ਕਿ ਜਿਹੜਾ ਇਹ ਉਤਸ਼ਾਹ ਆ ਵਧਣਾ ਚਾਹੀਦਾ ਉੱਥੇ 100 ਦੀ ਜਗ੍ਹਾ ਹੁਣ 500 ਹੋਣਾ ਚਾਹੀਦਾ ਸਹੀ ਗੱਲ ਹੈ ਠੀਕ ਹੈ ਹੁਣ ਉਹ ਕਹਿੰਦਾ 100 ਦੇ 15 ਲੱਖ ਮੁੰਡੇ ਸਣ ਕੇ ਸਾਡੇ ਵੇਟ 'ਚ 39 ਮੁੰਡੇ ਹੁੰਦੇ ਸੀਗੇ मैं 52 ਚ ਕਰਦਾ ਮੈਨੂੰ ਪਹਿਲੀ ਵਾਰੀ ਜਦੋਂ ਕੀਤਾ 49 ਮੁੰਡੇ ਸੀ ਜਿਹੜਾ ਮੈਂ ਤੁਹਾਡੇ ਅਪਰੇ ਪਹਿਲਾ ਕੰਪੀਟੀਸ਼ਨ ਸਭ ਤੋਂ ਪਹਿਲਾਂ ਜਿਹੜਾ ਮੈਂ ਮੇਰੀ ਫਸਟ ਪਲੇਸ ਪਈ ਸੀ ਅਪਰੇ ਪਈ ਸੀ ਅੱਛਾ ਜੀ ਮੇਰਾ ਦੂਜਾ ਕੰਪੀਟੀਸ਼ਨ ਸੀਗਾ ਲਾਈਫ ਦਾ ਅੱਛਾ ਜੀ ਪਹਿਲਾਂ ਮੈਂ ਨਵੇਂ ਸ਼ਹਿਰ ਦਾ ਕੀਤਾ ਸੀ ਮੇਰੀ 7ਵੀਂ ਉਹ ਤੋਂ ਅਪਰੇ ਕੀਤਾ ਭਾਈ ਅਪਰੇ ਵੀ ਕੀਤਾ ਜਿੱਤਿਆ ਸੀ ਪ੍ਰਾਈਜ਼ ਕਿੰਨਾ ਸੀਗਾ ਪ੍ਰਾਈਜ਼ ਟਰੋਫੀ ਬਸ ਇੰਨਾ ਸ਼ੁਕਰ ਹੋ ਕੇ ਮਿਲ ਗਈ ਸੀ ਤਾਂ ਅੱਜ ਕੱਲ੍ਹ ਤਾਂ ਮੈਡਲ ਪਾ ਕੇ ਦੋਸ ਦਿੰਦੇ ਆ ਨਾ ਭਾਈ ਆਕਾ ਦੇਖੀ ਤਾਂ ਜਿਹੜਾ ਬੋਡੀ ਬਣਨ ਵਿੱਚ ਆ ਭੱਲਾ ਦੇ ਪ੍ਰਾਈਜ਼ ਬਹੁਤ ਘੱਟ ਹੈ ਜੇ ਪ੍ਰਾਈਜ਼ ਮਨੀ ਜਿਹਦਾ ਕਹਿੰਦੇ ਪ੍ਰਾਈਜ਼ ਕਿਉਂਕਿ ਕਾਫੀ ਬੰਦਿਆਂ ਨੂੰ ਪਤਾ ਨਹੀਂਗਾ ਜਿਹੜੀ ਬੋਡੀ ਬਿਲਡਿੰਗ ਹੈ ਬੋਡੀ ਬਿਲਡਿੰਗ ਲਾਈਫ ਸਟਾਈਲ ਇਹ ਗੇਮ ਨਹੀਂ ਹੈ ਠੀਕ ਹੈ ਅਤੇ ਸਪੋਰਟ ਨਹੀਂ ਹੈ ਇਹ ਕਾਫੀ ਬੰਦਿਆਂ ਨੇ ਫਿਰ ਲਿਖਿਆ ਕਿ ਬੋਡੀ ਬਿਲਡਿੰਗ ਮੈਂ ਕੰਪਨੀ ਖੇਡ ਗਿਆ ਮੈਂ ਖੇਡ ਕਹਿੰਦਾ ਨਾ ਇਹ ਲਾਈਫ ਸਟਾਈਲ ਹੈ ਇਹ ਜਿੰਨੀਆਂ ਵੀ ਐਸੋਸੀਏਸ਼ਨ ਸਾਰੀਆਂ ਪ੍ਰਾਈਵੇਟ ਐਸੋਸੀਏਸ਼ਨ ਗਵਰਨਮੈਂਟ ਤੋਂ ਮਨਜ਼ੂਰਸ਼ੁਦਾ ਜਿਹੜੀ ਹੈ ਇਹ ਗੇਮ ਨਹੀਂ ਹੈ ਗੇਮ ਤਾਂ ਨਹੀਂ ਹੈ ਇਹ ਲਾਈਫ ਸਟਾਈਲ ਹੈ ਇਹ ਤੁਹਾਡਾ ਲਾਈਫ ਸਟਾਈਲ ਹੈ ਤੁਸੀਂ ਆਪਣੇ ਸਰੀਰ 'ਤੇ ਇਨਵੈਸਟ ਕਰਦੇ ਹੋ ਦੇਖਣ ਨੂੰ ਸੋਹਣੇ ਲੱਗਦੇ ਹੋ ਅਸੀਂ ਤਾਂ ਉੱਥੇ ਇੰਟਰਟੇਨਮੈਂਟ ਕਰਨ ਜਾਂਦੇ ਬੋਡੀ ਹੈ ਬੋਡੀ ਬਿਲਡਰ ਹੈ ਜਿਹੜਾ ਇੰਟਰਟੇਨਮੈਂਟ ਕਰਨ ਜਾਂਦਾ ਸਰੀਰ 'ਤੇ ਇਹ ਲਾਈਫ ਸਟਾਈਲ ਹੈ ਇਹ ਤੁਹਾਡਾ ਇਹ ਨਹੀਂ ਕਿ ਓਲੰਪਿਕ ਹੈ ਜਾਂ ਕਾਮਨਵੈਲਥ ਹੈ ਇਸ ਕਰਕੇ ਇੱਥੇ ਪੈਸਾ ਘੱਟ ਹੈ ਸੋ ਪਰ ਪਿਛਲੇ ਟਾਈਮਾਂ 'ਚ ਪੰਜਾਬ ਗਵਰਨਮੈਂਟ ਉਹਨਾਂ ਨੇ ਦਿੱਤੀਆਂ ਕਾਫੀ ਜੋਬਾਂ ਜੁਬਾਂ ਇਹਦੇ ਵਿੱਚ ਬੋਡੀ ਬਿਲਡਰਸ ਨੂੰ ਹਾਂਜੀ ਹਾਂਜੀ ਪਰ ਹੁਣ ਤਾਂ ਉਹ ਘੱਟ ਗਿਆ ਪਤਾ ਇਹ ਹੈ ਕਿ ਤੁਹਾਡਾ ਆਪਣੇ ਆਪ ਨੂੰ ਤੁਸੀਂ ਥੋੜ੍ਹਾ ਸੂਝਵਾਨ ਕਰਕੇ ਬੋਡੀ ਬੁੜੀ ਵਧੀਆ ਕਰਕੇ ਥੋੜ੍ਹਾ ਪੜ੍ਹਾਈ ਲਿਖਾਈ ਕਰਕੇ ਆਪਣਾ ਪਰਸਨਲ ਟ੍ਰੇਨਿੰਗ ਜਾਂ ਆਪਣਾ ਜਿੰਮ ਜੁੜਦਾ ਜਾਂ ਸਪਲੀਮੈਂਟੇਸ਼ਨ ਦਾ ਬਿਜ਼ਨਸ ਸਟਾਰਟ ਕਰ ਨੌਲੇਜ ਲੈ ਕੇ ਕਰਕੇ ਆਪਣਾ ਕੰਮ ਸ਼ੁਰੂ ਕਰ ਆਪਣਾ ਕੰਮ ਸ਼ੁਰੂ ਕਰ ਕੰਮ ਸ਼ੁਰੂ ਕਰ ਸਕਦੇ ਜਾਨ ਕਿ ਜੇ ਆਪਾਂ ਕਹੀਏ ਆਪਾਂ ਵੀ ਤਾਂ ਆਪਾਂ ਇਨਵੈਸਟ ਕਰਦੇ ਆਪਣੀ ਬੋਡੀ ਉੱਤੇ ਇੱਥੇ ਕਿ ਵੀ ਆਪਾਂ ਮਨੀ ਜ਼ਿਆਦਾ ਪਾਈਏ ਇਹ ਗੱਲ ਨਹੀਂ ਇਕੱਲੇ ਬੋਡੀ ਨਾਲ ਵੀ ਗੱਲ ਨਹੀਂ ਬਣਦੀ ਆ ਜਗਾੜ ਜਿਹਾ ਵੀ ਸਹੀ ਹੋਣਾ ਚਾਹੀਦਾ ਇਹਦੇ 'ਚ ਵੀ ਕੁਛ ਹੋਣਾ ਚਾਹੀਦਾ ਕਿਉਂਕਿ ਬੰਦਾ ਇੱਕ ਟ੍ਰੇਨ ਕਰਨਾ ਕਿਸੇ ਨੂੰ ਇੱਕ ਮੋਟੀਵੇਟ ਕਰਨਾ ਜਾਂ ਕਿਸੇ ਨੂੰ ਸਮਝਾਉਣਾ ਜਾਂ ਉਸ ਲੈਵਲ 'ਤੇ ਉਹਨੂੰ ਟਰਾਂਸਫਾਰਮ ਕਰਨਾ ਉਹ ਇਕੱਲੇ ਹਲਾ ਲਾਲਾ ਨਾਲ ਨਹੀਂ ਕੀਤਾ ਉਸ 'ਤੇ ਦਿਮਾਗ ਲੱਗਦਾ ਡਾਇਟ ਕਿਵੇਂ ਦੀ ਹੋਣੀ ਚਾਹੀਦੀ ਮਾਈਕਰੋ ਕੀ ਹੁੰਦੇ ਆ ਪ੍ਰੋਟੀਨ ਕੀ ਨੌਲੇਜ ਹੋਣੀ ਚਾਹੀਦੀ ਨੌਲੇਜ ਜਿਹੜਾ ਮੋਸਟਲੀ ਮੈਂ ਦੇਖਿਆ ਭਾਈ ਜੀ ਤਾਂ ਕਿਤੇ ਹੈਗੇ ਆ ਉਹਨਾਂ ਅੱਜ ਤੱਕ ਇਹਨਾਂ ਦੇ ਜਿੰਮ ਕਿਹੜੇ ਕਿੱਦਾਂ ਲਾਉਣਾ ਆ ਡਾਇਟ ਦਾ ਕੀ ਹਿਸਾਬ ਆਵੇ ਜਾਂ ਉਹ ਧੱਕਾ ਲਾਉਣ ਧੱਕਿਆ ਕਰਦੇ ਟੈਕਨੀਕਸ ਬਹੁਤ ਵਧੀਆ ਹੋਣੀਆਂ ਚਾਹੀਦੀਆਂ ਕਿਉਂਕਿ ਟੈਕਨੀਕਸ ਜੇ ਠੀਕ ਹੈ ਤਾਂ ਇੰਜਰੀ ਨਹੀਂ ਹੁੰਦੀ ਇੰਜਰੀ ਨਹੀਂ ਅਤੇ ਵਧੀਆ ਮਸਲ ਵੀ ਸੋਹਣਾ ਡਿਵੈਲਪ ਹੁੰਦਾ ਨਹੀਂ ਉਹ ਕੋਈ ਡੋਲੇ ਦੇ ਦੇਖੇ ਕੋਈ ਅੰਬ ਜਿਹਾ ਬਣ ਜਾਂਦੇ ਆ ਮਤਲਬ ਡੋਲੇ ਦੀ ਸ਼ੇਪ ਹੀ ਨਹੀਂ ਆਉਂਦੀ ਹਾਂਜੀ ਸ਼ੇਪ ਵਿਗੜ ਜਾਂਦੀ ਹੈ ਹਨਾ ਕੇਵਲ ਫੋਰ ਆਰਮ ਹੀ ਨਹੀਂ ਦੋ ਦਿਓ ਮਸਲ ਜੇ ਇੱਕ ਬੈਲੈਂਸ ਨਹੀਂ ਰਹਿੰਦਾ ਬੈਲੈਂਸ ਹੋਣਾ ਬਹੁਤ ਜ਼ਰੂਰੀ ਹੈ ਕਿ ਜਿਹੜਾ ਬੈਲੈਂਸ ਜਦੋਂ ਨਹੀਂ ਰਿਹਾ ਉਹ ਫਿਰ ਉਹ ਬੰਦਾ ਜੱਚਦਾ ਨਹੀਂ ਇਹ ਤਾਂ ਗੱਲ ਹੈਗੀ ਜਦੋਂ ਕੋਈ ਪੱਟਾ ਤੋਂ ਰਹਿ ਜਾਂਦਾ ਕੋਈ ਕਿਵੇਂ ਰਹਿ ਜਾਂਦਾ ਉਹ ਤਾਂ 20 ਹੁੰਦੇ ਭਾਜੀ ਡਿਪੈਂਡ ਹੈ ਟੈਕਨੀਕ ਤੁਸੀਂ ਲਾਈ ਕਿਵੇਂ ਟ੍ਰੇਨਿੰਗ
ਤੇ ਕਿੰਨਾ ਦੀ ਖਰਾਕ ਰਹੀ ਹੈ ਮੈਂ ਭਾਜੀ ਨੇ ਕਰਦੇ ਜਿਮ ਪਾ ਰਹੇ ਨਾ ਸਪੋਰਟਸ ਕਰਦੇ ਕਿ ਤੁਹਾਨੂੰ ਦੱਸਿਆ ਕਿ ਤੁਸੀਂ ਪਤਾ ਲਾਉਣਾ ਕਰਾਂ ਤਾਂ ਸਪੀਡ ਘੱਟ ਜਾਂ ਬੋਡੀ ਖੇਤ ਦੇ ਫਿਰ ਸਪੀਡ ਘੱਟ ਜਾਣੀ ਮੈਂ ਤਾਂ ਤੁਸੀਂ ਤੋਂ ਘੱਟ ਲਾਉਣੀ ਆ ਉਹ ਦਿਮਾਗ 'ਚ ਇੱਦਾਂ ਹੀ ਗੱਲ ਵਧੀ ਨਾ ਸਾਡੇ ਵੀ ਉੱਪਰਲਾ ਪਾਰਟ ਲਾਈ ਗਿਆ ਲੱਤਾਂ ਹੀ ਬਹੁਤ ਘੱਟ ਲਾਈਆਂ ਪਰ ਫਿਰ ਅਸਾਂ ਸਪੀਡ ਫਿਰ ਕਰ ਕਬੱਡੀ ਦਾ ਦਿੰਦਾ ਲੱਤਾਂ 'ਚ ਪਤਾ ਕੀ ਲੱਤਾਂ ਤਾਂ ਮੇਨ ਤੁਹਾਡੀ ਨਹੀਂ ਹੈ ਹਾਂਜੀ ਜੇ ਨੀਹਾਂ ਮਾੜੀਆਂ ਹੈ ਤਾਂ ਤੁਸੀਂ ਕੁਛ ਵੀ ਨਹੀਂ ਕਰ ਸਕਦੇ ਇਹ ਨਾ ਨਾ ਇਹ ਕਹਿਣ ਦੀਆਂ ਗੱਲਾਂ ਬੋਡੀ ਵਾਲੇ ਬੰਦੇ ਤੁਸੀਂ ਦੇਖੇ ਆਪਣੇ ਸੁਲਤਾਨ ਹੁਣੀ ਸਾਰੇ ਕਹਿੰਦੇ ਮਤਲਬ ਪਾਟੜ ਪੱਟ ਹੁਣ ਪੱਟ ਵੱਡਾ ਹੋਊਗਾ ਜ਼ਮੀਨ 'ਤੇ ਪਕੜ ਜ਼ਿਆਦਾ ਹੋਊਗੀ ਤੁਸੀਂ ਹਿੱਲੂਗੇ ਨਹੀਂ ਜੇ ਪੱਟ ਛੋਟਾ ਤੁਸੀਂ ਤਾਂ ਉੱਧਰ ਉੱਧਰ ਕੇ ਵੀ ਹਵਾ ਚੁੜੀ ਜਾਣਾ ਸਹੀ ਗੱਲ ਸਹੀ ਗੱਲ ਸੋ ਉਹ ਪੱਟ ਤਾਂ ਹਮੇਸ਼ਾ ਹੀ ਵਧੀਆ ਹੋਣੇ ਚਾਹੀਦੇ ਅਤੇ ਪੁਰਾਣੇ ਵੀ ਬਜ਼ੁਰਗ ਸੀ ਨਾ ਆਪਣੇ ਉਹ ਵੈਸੇ ਚਲੋ ਉਦੋਂ ਮਿਹਨਤਾਂ ਮੁਹਨਤਾਂ ਤਾਂ ਨਾ ਆਉਂਦੀਆਂ ਸੀਗੀਆਂ ਉਹਨਾਂ ਦਾ ਜਿਹੜਾ ਖੇਤਾਂ ਖੁੱਤਾਂ 'ਚ ਬਹਿਣ ਬੂਹਣ ਦਾ ਕੰਮ ਬਹਿ ਕੇ ਬੈਠੇ ਰਹਿਣਾ ਕਰਨਾ ਪੱਟ ਤਕੜੇ ਹੁੰਦੇ ਅਤੇ ਇਹੀ ਗੱਲ ਹੈ ਪੱਟ ਤਕੜਾ ਹੋਣਾ ਤਾਂ ਬਹੁਤ ਜ਼ਰੂਰੀ ਪੱਟ ਮਾੜੇ ਅੱਗੇ ਤਾਂ ਮਾਂ ਵੀ ਲਾਲ ਲਾੜ ਕੇ ਮਾਰਦਾ ਤੂੰ ਕੀ ਕਰੂ ਕਦੇ ਕੀ ਲੱਗਦਾ ਭਾਈ ਹੁਣ ਤੁਸੀਂ ਮਾਂ ਬਟਾ ਕੀ ਕਰਦੇ ਅੱਜ ਰੌਲਾ ਰੌਲਾ ਕਰੀ ਕਿ ਨਹੀਂ ਦੌੜੇ ਦਾ ਰੌਲਾ ਕੱਲ੍ਹ ਪਾ ਕੇ ਹਟੇ ਅੱਜ ਲੱਤਾਂ ਲੁੱਤਾਂ ਲਾਉਣੀਆਂ ਪਤਾ ਲਾ ਲਿਆ ਮੈਂ ਸ਼ਾਮਾਂ ਨੂੰ ਲਾਉਣਾ ਕਿੱਥੇ ਹੋ ਗਿਆ ਤੇ ਤਿੰਨ ਅਸੀਂ ਗੁਰ ਰਹੇ ਇੱਕ ਅਸੀਂ ਪਲਾਪਟਲ ਗੁਰ ਰਹੇ ਇੱਕ ਕ੍ਰਿਕੇਵਨ ਗੁਰ ਰਹੇ ਇੱਕ ਸ਼ਾਇਦ ਸਾਊਥ ਬਰਵੀ ਇੰਡੀਆ ਇੰਡੀਆ 'ਚ ਕਰਾਂਗੇ ਸਟਾਰਟ ਸਾਡੀ ਜਲੰਧਰ ਅਤੇ ਮੋਹਾਲੀ ਜਾਂ ਚੰਡੀਗੜ੍ਹ ਤੋਂ ਹੋਊਗਾ ਜ਼ਰੂਰ ਲੁਧਿਆਣੇ ਵੀ ਜਾਏਗਾ ਸਾਡਾ ਅਤੇ ਸਾਡੀਆਂ ਮੇਨ ਫਰੈਂਚਾਈਜ਼ ਜਾਂਦੀਆਂ ਹਾਂਜੀ ਜਿੱਦਾਂ ਇੱਦਾਂ ਜਾਈ ਜਾਂਦਾ ਅੱਜ ਕੈਨੇਡਾ 'ਚ ਬਰੈਂਪਟਨ ਖੁੱਲ੍ਹ ਰਿਹਾ ਹੁਣ ਬਰੈਂਪਟਨ ਬਾਏ ਸਪਲੀਮੈਂਟ ਸਟੋਰ ਤਾਂ ਤਿੰਨ ਹੈਗੇ ਹਾਂਜੀ ਮੈਂ ਦੇਖਿਆ ਸਪਲੀਮੈਂਟ ਸਟੋਰ ਉੱਥੇ ਹੋ ਗਿਆ 7-8 ਹੋਰ ਹੁਣ ਜਿੰਮ ਹੋਰ ਜ਼ਿਆਦਾ ਜੁੜੀਆਂ ਰਹਿਣਗੀਆਂ ਆ ਜਾਓ ਆ ਜਾਓ ਹੈਰੀ ਕਿੱਥੇ ਗਈ ਹੈਰੀ ਉਹ ਵੀ ਹੈ ਤੁਹਾਨੂੰ ਪੂਰਾ ਥੱਲੇ ਜਾਣਾ ਪੂਰਾ ਪੂਰਾ ਇਹ ਸ਼ੋਰ ਕਰਨਾ ਹੁੰਦਾ ਕਿ ਜਿਹੜਾ ਬੋਲ ਦਾ ਵਿਡੋ ਜਿਹੜੀ ਰੇਂਜ ਦਾ ਮੋਸ਼ਨ ਤੁਹਾਡਾ ਪੂਰਾ ਆਪਣੇ ਦੇਖਿਆ ਹੋਣਾ ਇੰਡੀਆ ਚੋਂ ਘੁਮਾਉਂਦੇ ਰਹਿੰਦੇ ਆ ਸੋਹਣਾ ਵੀ ਲੱਗਦਾ ਜੇ ਵਧੀਆ ਮੈਂ ਉਹੀ ਗੱਲ ਆ ਬੰਦੇ ਬਹਿ ਗਿਆ ਥੋੜੇ ਵਧੀਆ ਭਾਈ ਕਈ ਬੰਦੇ ਤਿੰਨ ਤਿੰਨ ਚਾਰ ਚਾਰ ਮਿੰਟ ਬੈਠੇ ਰਹਿੰਦੇ ਆ ਜੀ ਨਾ ਟਿਕਟੋਕ ਵਾਲੇ ਹੁੰਦੇ ਆ ਅੱਛਾ ਜੀ ਟਿਕਟੋਕ ਵੀ ਦੇਖਦੇ ਮੈਂ ਮੇਰਾ ਮੁੰਡਾ ਜੀ ਲੈ ਗਿਆ ਨਾਲ ਉਹ ਤਿੰਨ ਫਿਰ ਤਾਂ ਮੈਂ ਪੜ੍ਹਿਆ ਵੀ ਤਿੰਨ ਮਿੰਟ ਰੈਕਸ ਕਰਨ ਕਿੱਥੇ ਪੜ੍ਹਿਆ ਪਤਾ ਨਹੀਂ ਕਹਿੰਦਾ ਮੈਂ ਯੂਟਿਊਬ ਦੇਖਿਆ ਨਾ ਯੂਟਿਊਬ 'ਤੇ ਤਾਂ ਸਾਰੇ ਮੈਂ ਹੈਗਾ ਤਿੰਨ ਮਿੰਟ ਮੈਂ ਕਿਹਾ ਤੁਹਾਨੂੰ ਜੇ ਪੰਜ ਕੀਤੇ ਤਾਂ ਜੇ ਬਹੁਤ ਹੈਵੀ ਟ੍ਰੇਨਿੰਗ ਆ ਮੈਕਸੀਮਮ 2 ਮਿੰਟ ਦੀ ਰੈਸਟ ਹੁੰਦੀ ਆ ਜੇ ਨੋਰਮਲ ਆ ਮਿੰਟ ਕਦੇ ਬਹੁਤ ਹੁੰਦੀ ਆ ਯੂਟਿਊਬ 'ਤੇ ਤਾਂ ਸਾਰੇ ਬੈਠੇ ਆ ਜੋ ਜਿੱਦਾਂ ਬਹੁਤ ਫਰਕ ਹੈ ਇਸ ਚੀਜ਼ ਨਾਲ ਅੱਛਾ ਜੀ ਇਹ ਤਾਂ ਅਸੀਂ ਪੂਰਾ ਸੈਟ ਮੰਗਾਇਆ ਮੈਂ ਭਾਅ ਜੀ ਵੀਡੀਓ ਦੇਖੀ ਤੁਹਾਡੀ ਜੋਨ ਇਬਰਾਹਿਮ ਦੇ ਨਾਲ ਹਾਂਜੀ 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 ਜੋ ਭਾਅ ਜੀ ਇੱਥੇ ਆਇਆ ਸੀਗਾ ਇੱਕ ਵਾਰੀ ਇੱਥੇ ਆਇਆ ਸੀਗਾ ਅਤੇ ਦੋ ਉੱਧਰ ਇੰਡੀਆ ਬੰਬੇ ਹਾਂਜੀ ਅੱਛਾ ਹੋ ਗਿਆ ਸੀ ਉਹਦਾ ਫਿਰ ਉੱਥੇ ਨਾਲੇ ਹੀ ਆ ਤਾਜ ਹੋਟਲ ਉਹਨਾਂ ਦੇ ਘਰਾਂ ਅੱਛਾ ਜੀ ਅਸੀਂ ਉੱਥੇ ਜਦੋਂ ਸਾਡਾ ਚੱਲਦਾ ਨਾ ਹੁੰਦੇ ਨੇ ਸੈਸ਼ਨ ਬੁੱਕ ਹਾਂਜੀ ਹਾਂਜੀ ਫਿਰ ਉੱਥੇ ਹੀ ਹੋਰ ਵੀ ਬਾਕੀ ਇਹ ਤਾਂ ਕਾਫੀ ਆਪਣੇ ਭਰਾ ਜਿੱਦਾਂ ਹੁਣ ਸਾਰੇ ਸੈਲੀਬ੍ਰਿਟੀ ਬੈਕ ਨੇ ਪੰਜਾਬ ਹੋ ਗਏ ਜਾਂ ਹੋਰ ਇੰਡੀਆ ਕਾਫੀ ਹੈ ਟੋਟਲ 28-29 ਘੁੰਮਣ ਮੇਰੇ ਨਾਲ ਆਪਣੇ 2000
ਯਾਰ ਇੱਕ ਦੋ ਚ ਅਸੀਂ ਇੱਕੋ ਟੀਮ ਚ ਸੀ ਖਾਲਸਾ ਕੋਲ ਜਿਹੜਾ ਮੈਂ ਭਾਜੀ ਨੂੰ ਮਿਲਿਆ ਆਪਣੇ ਦੀਪਕ ਸਿੰਘ ਬੁੱਢਾ ਬਲੌਗ ਦਾ ਹਾਂਜੀ ਦੀਪਕ ਬੁੱਢਾ ਠਾਕੁਰ ਉਹਨਾਂ ਮੈਂ ਕਹਿ ਦਿੰਦਾ ਉਹਨਾਂ ਨੂੰ ਉਹ ਉੱਥੇ ਮੈਂ ਲਾਇਆ ਦੋ ਬੜੇ ਟਾਈਮ ਉਸ ਤੋਂ ਬਾਅਦ ਵਿੱਚ ਮੈਂ ਇਹਨੂੰ ਬਿੰਦਰ ਉੱਥੇ ਮਿਲਿਆ ਜਾ ਕੋਈ ਜਿੱਦਾਂ ਕਾਫੀ ਮਦਦ ਦਿੱਤਾ ਸਾਡੇ ਨਾਲ ਟੀਮ ਚ ਸਿਖਾਇਆ ਸਾਡੀ ਅੱਛਾ ਜੀ ਅਸੀਂ ਖਾਲਸਾ ਕੋਲੇਜ ਪੜ੍ਹਦੇ ਸੀਗੇ ਅਸੀਂ ਓਵਰ 90 ਸੀ 90 ਤੋਂ ਉੱਤੇ ਮੈਂ ਬੈਂਡ ਕਿਤੋਂ ਸੀ 2001 ਤੋਂ ਦੀ ਗੱਲ ਹੈ ਮੈਂ ਐਮਏ ਕਰਦਾ ਸੀ ਉਦੋਂ ਅਸੀਂ ਇੱਕੋ ਟੀਮ ਸੀ ਫਿਰ ਅਸੀਂ ਖਾਲਸਾ ਕੋਲੇਜ ਉੱਤੇ ਉਦੋਂ ਆਲਮੋਸਟ ਖਾਲਸਾ ਕੋਲੇਜ ਦਾ ਗੋਲਡ ਗਿਆ ਭਾਈ ਤੁਸੀਂ ਖੜੀ ਕਿਵੇਂ ਕੀਤੀ ਹੈ ਮੈਂ ਡਬਲ ਐਮਏ ਅੱਛਾ ਉਹ ਆਈ ਹੋ ਜਿਹੜਾ ਖਰਾਬ ਖੇਡਣ ਨੂੰ ਜ਼ਿਆਦਾ ਟਾਈਮ ਮਿਲ ਜਾਊਗਾ ਨਾਲੇ ਐਂ ਵੀ ਦੁਆਬੇ ਚ ਇੱਕ ਸ਼ੌਂਕ ਹੈ ਸਾਲਾ ਪੜ੍ਹ ਲਿਖ ਲਓ ਰਿਸ਼ਤਾ ਵਧੀਆ ਹੋ ਜਾਂਦਾ ਬਾਹਰ ਨੂੰ ਹੋਵੇ ਭਾਜੀ ਜਾਂ ਬਾਹਰ ਨੂੰ ਨਾ ਦੁਆਬੇ ਵਿੱਚ ਦੋ ਚੀਜ਼ਾਂ ਆ ਰਹੀਆਂ ਜਾਂ ਪੜ੍ਹ ਲਿਖ ਲਓ ਵਧੀਆ ਬਾਹਰ ਰਿਸ਼ਤਾ ਨੇ ਜਲਦੀ ਸਪੋਰਟ ਕਰ ਦਿੰਦੇ ਹਾਂ ਹੁਣ ਖਾਕਾ ਕਬੱਡੀ ਆਵੇ ਤੇ ਜਾ ਰਹੀ ਜੀ ਆਪਣੇ ਖੇਤੀ ਘੱਟ ਹੈ ਖੇਤੀ ਘੱਟ ਹੈ ਭਾਜੀ ਖੇਤੀ ਘੱਟ ਕਰਕੇ ਬੰਦੇ ਜਾਂ ਪੜ੍ਹ ਗਏ ਜਾਂ ਫਿਰ ਬਾਹਰ ਨੂੰ ਨਿਕਲ ਗਏ ਹਾਂਜੀ ਉਹਨਾਂ ਕਰਕੇ ਤਾਂ ਚੱਲ ਜਾਈਦਾ ਹੁਣ ਜਾਣਾ ਫਿਰ ਬਾਕੀ ਕਰਾਂਗੇ ਹੋਰਸ ਰਾਈਡਿੰਗ ਕਿਉਂਕਿ ਇੱਥੇ ਵੀ ਇੱਕ ਹੁਣ ਲਿਆਂਦਾ ਅੱਛਾ ਜੀ ਹਾਂਜੀ ਅੱਛਾ ਥੋੜ੍ਹੇ ਦਿਨ ਹੋਏ ਆ ਕਿਹੜਾ ਕਿਹੜੀ ਨਸਲ ਦਾ ਜੀ ਇੱਥੇ ਤਾਂ ਉਹੀ ਹੈ ਆਪਣੇ ਜਿਹੜੇ ਰੇਸਾਂ 'ਚ ਭੱਜਦੇ ਮੈਂ ਆਪਣੇ ਕੰਮ ਅੱਛਾ ਜੀ ਆਪਣੇ ਫਰਵਰੇਟ ਜਿਹੜੀ ਓਕੇ ਪਾਲਾ ਬਣਾਇਆ ਇੱਥੇ ਇੱਥੇ ਬਾਈ ਹੁਣਾਂ ਦਾ ਫਰਮ ਹੈ ਉੱਥੇ ਪਿੱਛੇ ਹੈਗਾ ਆਪਣਾ ਮੁੰਡਾ ਰਾਜੂ ਨੂੰ ਅਭਿਆਸ ਤੋਂ ਆਇਆ ਅੱਛਾ ਜੀ ਉਹ ਸਾਰੇ ਲੋਕ ਆਪਣੇ ਕੰਮ ਆਪਣੇ ਇੰਡੀਆ ਤੋਂ ਅੰਡੇ ਉਂਡੇ ਮੰਗਾ ਕੇ ਬੱਚੇ ਸਭ ਕੁਛ ਆ ਜਾਂਦਾ ਪਤੰਦਰ ਹਟਦੇ ਗੱਲ ਆਪਣੇ ਤੇ ਹੁੰਦੀ ਆ ਕਈ ਬੰਦੇ ਆਪਣੇ ਆਪ ਨੂੰ ਚੇਂਜ ਕਰ ਲੈਂਦੇ ਆ ਉਸੇ ਹਿਸਾਬ ਨਾਲ ਹਨਾ ਕਈ ਬੰਦੇ ਉਸ ਏਰੀਏ ਨੂੰ ਚੇਂਜ ਕਰ ਦਿੰਦੇ ਉਸ ਹਿਸਾਬ ਨਾਲ ਗਲਤ ਆਪਣੇ ਤੇ ਆ ਹੁਣ ਜੇ ਤੁਸੀਂ ਬ੍ਰੈਂਪਟਨ ਚਲ ਜਾਓ ਬ੍ਰੈਂਪਟਨ ਚਲ ਜਾਓ ਜਾਂ ਬਠਿੰਡੇ ਕਿਹੜਾ ਮਾਰੋ ਇੱਕੋ ਗੱਲ ਹੈ ਉੱਥੇ ਮਤਲਬ ਆਪਣਾ ਪੰਜਾਬੀ ਭਾਈਚਾਰਾ ਬੜਾ ਤਕੜਾ ਹੈ ਮੈਂ ਐਤਕੀ ਏਅਰਪੋਰਟ 'ਤੇ ਉਤਰਿਆ ਹਜੇ ਜਦੋਂ ਮੈਂ ਗਿਆ ਉੱਪਰ ਪਿੱਛੇ ਕਾਫੀ ਬੰਦੇ ਜਿੱਦਾਂ ਲੈਣ ਲੂਣ ਆਏ ਉਹ ਮਾਸੀਆਂ ਤਾਈਆਂ ਉਹ ਉੱਚੀ ਚਾਰੀ ਆਵਾਜ਼ ਉਹ ਟੁੱਟਦੇ ਰੌਲੇ ਵਾਲਾ ਕਹਿੰਦੇ ਮੈਂ ਥੋੜ੍ਹਾ ਜਿਹਾ ਬਚ ਬਚ ਕੇ ਪਰ ਹੁਣ ਪਤਾ ਕੀ ਹੈ ਸ਼ੁਰੂ ਤੋਂ ਹੀ ਦੇਖੋ ਇਹ ਹਿਊਮਨ ਨੇਚਰ ਹੈ ਜਿਹੜਾ ਮਰਦ ਹੈ ਨਾ ਜਿਹੜਾ ਆਪਣਾ ਇਹ ਜਦੋਂ ਜਿਮ ਜਾਂਦਾ ਜਾਂ ਕੁਛ ਕਰਦਾ ਜਾਂਦਾ ਡੋਲੇ ਠੁਕਦਾ ਸਹੀ ਗੱਲ ਐਂ ਸ਼ੀਸ਼ੇ ਜਾ ਕੇ ਡੋਲੇ ਤੇ ਬਾਕੀ ਕੱਪੜਾ ਲੀੜਾ ਪਾਇਆ ਹੋਵੇ ਉਹ 'ਚ ਸ਼ਰਟ ਹੈ ਉਹ 'ਚ ਤੁਹਾਡਾ ਡੋਲੇ ਦੇਖਣਾ ਹਨਾ ਤੂੰ ਹਰ ਵੇਲੇ ਨਿਗਾਹ ਸਾਡੀ ਡੋਲੇ 'ਤੇ ਰਹਿੰਦੀ ਹੈ ਮੈਨੂੰ ਕਈ ਵੇਲੇ ਪੁੱਛਣਾ ਕਿ ਨਾ ਭਾਈ ਜਿਮ 'ਚ ਡੋਲੇ ਪੰਪ ਹੋ ਜਾਂਦੇ ਘਰ ਜਾ ਕੇ ਪੁੱਛੋ ਕਦੇ ਇਹ ਨਹੀਂ ਕਿਹਾ ਚੈਸਟ ਪੰਪ ਹੋ ਜਾਂਦੀ ਹੈ ਘਰ ਜਾ ਕੇ ਡੋਲਿਆਂ 'ਤੇ ਕਿਹੜੀ ਵਾਰੀ ਉਹ ਮੈਂ ਉਹੀ ਫਿਰ ਮੈਂ ਹਿਸਾਬ ਕਿਤਾਬ ਲਾ ਮੈਂ ਸਾਰਾ ਸਾਲਾ ਰੌਲਾ ਹੀ ਡੋਲੇ ਦਾ ਤਾਂ ਫਿਰ ਸਾਡਾ ਤਕੀ ਦਾ ਕਲਾਮ ਚੱਲਣ ਡਿਆ ਰੌਲੇ ਦਾ ਮੈਨੂੰ ਲੱਗਾ ਹੋਰ ਵੀ ਜਿੰਨੇ ਵੀ ਭਾਈ ਹੋਣਗੇ ਬੋਡੀ ਬਿਲਡਰ ਹੋਣਗੇ ਜਾਂ ਜਿਹੜੇ ਜਿੰਮ ਕਰ ਰਹੇ ਮੈਨੂੰ ਲੱਗਦਾ ਨਹੀਂ ਹਜੇ ਤੱਕ ਕਿਸੇ ਨੇ ਜਿੱਦਾਂ ਦੀ ਕੋਈ ਸਿੱਟੀ ਹੋਊਗੀ ਫੇਸਬੁੱਕ ਦੇ ਉੱਤੇ ਜਿੱਦਾਂ ਡੋਲੇ ਦਾ ਰੌਲਾ ਮੈਨੂੰ ਲੱਗਦਾ ਨਹੀਂ ਕੋਈ ਜਿੱਦਾਂ ਇੱਥੇ ਹੁਣ ਤਾਂ ਮੁੰਡੇ ਮੁੰਡੇ ਲਾਪੇ ਪਾਉਣ ਜਿੱਦਾਂ ਲੋਹਾ ਕੁੱਟ ਮਹਿਕਮਾ ਉਹ ਵੀ ਅਸੀਂ ਸਟਾਰਟ ਕਰਿਆ ਸੀਗਾ ਜਿੱਦਾਂ ਮਹਿਕਮਾ ਹੀ ਹੁੰਦਾ ਹਰ ਬੰਦਾ ਕਹਿੰਦੇ ਆ ਇੱਦਾਂ 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 ਆਪਾਂ ਪਿੰਡਾਂ 'ਚ ਗੱਲਾਂ ਕਰਦੇ ਹਾਂ ਜੀ ਲੋਹਾ ਹੁੰਦਾ ਉੱਥੇ ਮੋਸਟਲੀ ਸਾਰੇ ਸਾਡਾ ਤਾਂ ਲੋਹਾ ਕੁੱਟੀ ਮਹਿਕਮਾ ਲੋਹਾ ਕੁੱਟਦੇ ਉੱਥੇ ਲੋਹਾ ਹੀ ਆ ਹੋਰ ਲੋਹਾ ਕੁੱਟਦੇ ਹਾਂ ਜਿਹਨਾਂ ਦਾ ਹੋਣਾ ਜੀ ਜਾ ਕੇ ਉਹੀ ਉਹੀ ਹਾਂਜੀ ਹਾਂਜੀ ਬੈਂਚ ਅੰਦਰ ਲੱਕੜਾਂ ਦਾ ਉੱਥੇ ਲਾਈ ਜਾਂ ਕਿੰਨੇ ਕਹਿੰਦਾ ਕਿੰਨੇ ਲਾਤੇ ਮੈਂ 100-150 ਲਾਤਾ ਮੈਂ ਆਪਣੇ 35 ਲਾਤੇ ਕਹਿੰਦਾ ਆਪਣੇ ਮਾਰ ਕੇ ਕੱਢਣੇ ਆ।
ਕਿਉਂਕਿ ਚੱਲਦਾ ਅੱਜ ਕੱਲ੍ਹ ਫੇਸਬੁੱਕ ਦੇ ਉੱਤੇ ਜਾਂ ਟਿਕਟੋਕ ਦੇ ਉੱਤੇ ਜਦ ਇਹੀ ਪਾਇਆ ਹੁੰਦਾ ਥੋੜ੍ਹਾ ਜਿਹਾ ਵਧੀਆ ਹਾਂਜੀ ਹਾਂਜੀ ਜੇ ਕਿਸੇ ਮੁੰਡੇ ਦਾ ਵੀ ਡੋਲਾ ਵਧੀਆ ਹੋਵੇ ਉਹਨੂੰ ਕੀ ਕਹਿਣਾ ਪੈਂਦੇ ਆ ਉਹ ਆਪ ਵੀ ਕਹਾਉਣ ਲੱਗਾ ਕਹਿੰਦਾ ਬੇਦੇ ਇਹਦੇ ਰੌਲਾ ਆ ਉਹ ਵਾਧੂ ਗੱਲੇ ਕਰਦਾ ਜਦੋਂ ਤੁਸੀਂ ਇਹ ਗੱਲ ਕਹਿੰਦੇ ਆ ਫਿਰ ਉਹਨੂੰ ਪਤਾ ਲੱਗਦਾ ਵੀ ਇਹ ਸ਼ਾਮਾ ਭਾਜੀ ਹੁਣ ਕਈ ਵੇਲੇ ਬੰਦੇ ਪੰਜਾਬ 'ਚ ਆ ਨਾ ਉਹ ਤਾਂ ਨਾਮ ਨਹੀਂ ਜਾਣਦੇ ਅਤੇ ਉਹਨਾਂ ਨੂੰ ਪਰ ਇਹ ਪਤਾ ਕਿ ਡੁੱਟਦੇ ਰੌਲੇ ਵਾਲਾ ਪੰਜਾਬੀ ਚ ਲਿਖਿਓ ਜੱਜਦਾ ਮੈਂ ਤੁਹਾਨੂੰ ਸ਼ੇਅਰ ਕਰੂੰਗਾ ਤੇ ਤੁਸੀਂ ਮਾਰੇ ਜੇ ਸਪੋਰਟ ਕਰੋ ਕਿਉਂਕਿ ਸਟਾਰਟਿੰਗ ਕੀਤੀ ਜੀ ਮੈਂ ਭਾਜੀ ਹਾਂਜੀ ਭਾਜੀ ਅੱਛਾ ਤੁਸੀਂ ਤਾਂ ਫਿਰ ਬਲੌਗ ਜਿਹਾ ਬਣਾਉਂਦੇ ਹਾਂਜੀ ਬਣਾਉਣ ਮੈਂ ਨਿਊਜ਼ੀਲੈਂਡ ਤੋਂ ਆਇਆ ਨਾ ਓਕੇ ਹਾਂਜੀ ਨਿਊਜ਼ੀਲੈਂਡ ਤੋਂ ਮੈਂ ਇੱਥੇ ਵੀ ਕਰਦੇ ਰਹਿੰਦੇ ਹਾਂਜੀ ਉੱਥੇ ਵੀ ਓਕੇ ਉੱਥੇ ਮੈਂ ਜਾ ਉੱਥੇ ਮੈਂ ਟੱਕਦਾ ਹਾਂ ਓਕੇ ਇਹ ਮੇਰੇ ਕਜ਼ਨ ਹੈ ਹਰੀਜਰ ਮੈਂ ਕਜ਼ਨ ਹੈ ਜੀ ਹਾਂਜੀ ਹਾਂਜੀ ਓਕੇ ਭਾਈ ਉੱਥੋਂ ਮੈਂ ਸਾਡੇ ਇੱਥੇ ਆਏ ਸੀਗੇ ਬੱਚਾ ਮੁੰਡੇ ਮੇਰੇ ਮੈਂ ਆਪਣਾ ਮੈਸੇਜ ਕੀਤਾ ਸੀ ਤੁਹਾਡੇ ਉੱਤੇ ਚੌਵੀ ਘੰਟੇ ਖੁੱਲਾ ਆਪਣੇ ਕੰਮ ਭਾਜੀ ਤੇ ਤੁਹਾਨੂੰ ਦਿਖਾਉਂਦੇ ਆ ਤੇ ਆਪਣੇ ਲੱਗੇ ਹੋ ਇਧਰ ਕਹਿੰਦੇ 2300 ਜਿੱਦਾਂ 2300 ਇੱਥੇ ਜਿਹੜੇ ਹੈਗੇ ਆ ਆਪਣੇ ਆਉਂਦੇ ਆ ਜਿੰਮ ਕਰਨ ਇੱਥੇ ਜਿੰਨੇ ਵੀ ਆ ਬੜੀਆਂ ਲੱਗੇ ਬੰਦੇ ਇੱਧਰ ਟ੍ਰੈਡਮਿਲ ਮਾਲੇ ਇੱਧਰ ਇੱਧਰ ਵੀ ਲੱਗੇ ਹੋ ਸਾਰੇ ਜਿੰਮ ਸੋਹਣਾ ਹੈ ਵਧੀਆ ਬਣਾਇਆ ਜਾ ਭਾਜੀ ਦੇ ਪ੍ਰੋਡਕਟ ਆ ਜਿਹੜੇ ਹੈਗੇ ਆ ਇਹ ਜਿਹੜੇ ਪ੍ਰੋਡਕਟ ਭਾਜੀ ਉਹਨਾਂ ਦੇ ਜਿਹੜੇ ਹੈਗੇ ਆ ਵੇ ਪ੍ਰੋਟੀਨ ਐਸੋਲੇਟ ਆਹ ਵਾਲੇ ਹੈਗੇ ਆ ਅਤੇ ਸਾਰੇ ਇੱਥੇ ਪਏ ਆ ਪ੍ਰੋਟੀਨ ਪਏ ਆ ਇੱਧਰ ਆਹ ਸਮਾਨ ਪਿਆ ਆ ਪਈ ਆ ਇੱਧਰ ਮੰਨ ਲਾ ਬਣਾਇਆ ਨਹੀਂ ਜਿੱਦਾਂ ਕਲਾਸਾਂ ਲਾਉਣ ਨੂੰ ਬਣਾਇਆ ਆਹ ਵਾਲਾ ਸਾਰੇ ਇੱਧਰ ਵੀ ਜਿੰਮ ਬਣਾਇਆ ਆ ਇੱਥੇ ਕਲਾਸਾਂ ਲੱਗਦੀਆਂ ਮੈਨੂੰ ਲੱਗਦਾ ਸਾਰੀਆਂ ਇੱਥੇ ਉਹ ਸਾਹਮਣੇ ਬਣਾਇਆ ਦੂਜਾ ਬਣਾਇਆ ਆ ਟਰੈਕ ਬਣਾਇਆ ਇੱਧਰ ਐਕਸਰਸਾਈਜ਼ ਕਰਨ ਨੂੰ ਇਹ ਦੁਹਰੀ ਭਾਜੀ ਨਹੀਂ ਬੈਠੇ ਆ ਇੱਧਰ ਭਾਜੀ ਨਹੀਂ ਬੈਠੇ ਆ ਲਓ ਇਹ ਭਾਜੀ ਨੂੰ ਮਿਲਿਆ ਅਤੇ ਬੜਾ ਵਧੀਆ ਲੱਗਾ ਆ ਬੰਦਾ ਡਾਊਨ ਟੂ ਅਰਥ ਆ ਠੀਕ ਹੈ ਗੱਲਾਂ ਸੁਣ ਕੇ ਜਾਣ ਕੇ ਰੂਹ ਖੁਸ਼ ਹੋ ਗਈ ਬਹੁਤ ਬੰਦਾ ਵਧੀਆ ਯਾਰ ਜੇ ਕਿਤੇ ਆਸਟ੍ਰੇਲੀਆ ਵਿੱਚ ਆਏ ਤਾਂ ਇਹ ਜਿੰਮ ਵਿੱਚ ਆ ਕੇ ਤੁਸੀਂ ਜ਼ਰੂਰ ਮਿਲ ਕੇ ਜਾਇਆ ਇਹਨੂੰ ਜਿੰਨੇ ਵੀ ਸਪੋਰਟਸ ਪਾ ਸਕਦੇ ਆ ਜਾਂ ਵੈਸੇ ਜਿਹੜੇ ਜਿੰਮ ਨਾਲ ਜਿੰਮ ਲਵਰ ਆ ਜਿਹੜੇ ਠੀਕ ਹੈ ਜੀ ਅਤੇ ਕਿਹੜਾ ਕਿੱਥੇ ਆ ਇਹ ਦੂਜੀ ਇਹ ਆਹੋ ਟਗਰੀਨਾ ਦੇ ਵਿੱਚ ਹੀ ਆ ਇਹ ਕੰਮ ਆ
और मेरा देश ने इंडिया बनाया इधर बढ़िया बनाया अंकल जी सैकल से चले कहते जी ताश खेल चले अंकल जी होनी अंकल जी पिंड कड़ा अपना गमटाला कितने कहते जी अमृतसर बाहर गुलाब जी मजा लिया जी है ਮਾਝੇ ਦੇ ਮਜ਼ਾ ਲਿਆ ਜੀ ਇਹ ਨਾ ਠੀਕ ਹੈ ਬੜੀ ਸ਼ੋਅ ਬੈਠੇ ਕੇ ਪੀ ਆ ਵਰਕਸ਼ਾਪ ਜੀ ਐਂਡ ਕੇ ਜੀ ਐਂਡ ਕੇ ਹਾਂ ਜੀ ਆਪਣੇ ਸਾਰੇ ਆਪਣੇ ਟੱਕੇ ਸਰਵਿਸ ਇਹਨਾਂ ਤੋਂ ਕਰਾਈ ਦੀ ਆ ਅੱਛਾ ਜੀ ਹਾਂ ਬੇਟੇ ਦੀ ਮੇਰੀ ਨਹੀਂ ਨਾ ਤੁਹਾਡੀ ਆ ਮਹਾਰਾਜ ਤੁਹਾਡਾ ਬੇਟ ਤੁਹਾਡਾ ਹੀ ਆ ਉਹ ਹਾਂਜੀ ਹਾਂਜੀ ਨਾ ਵਧੀਆ ਗੱਲ ਹੈ ਵਧੀਆ ਗੱਲ ਆ ਬਈ ਸ਼ਹਿਰ ਕਾਂ ਦੇ ਸਗਤ ਨਾਲ ਜਮ ਲੱਤਾ ਖੁੱਲ ਜਾਂਦੀ ਹੈ ਨਾ ਅੱਛਾ ਜੀ ਆਪਣੇ ਤਾਜਪੁਰ ਖੇਡੀ ਦੀ ਆ ਨਾ ਨਾ ਵਧੀਆ ਵਧੀਆ ਠੀਕ ਹੈ ਹਾਂਜੀ ਠੀਕ ਹੈ ਅੰਕਲ ਜੀ ਓਕੇ ਥੈਂਕ ਯੂ ਜੀ ਹਾਂ ਦੇ ਲਓ ਬਈ ਇਦਾਂ ਆ ਗੱਲਾਂ ਬਾਤਾਂ चलो ठीक है जी हम आप ब्लॉग बंद कर देते है ना जीने दसो कि लगा तुम कम है भाजी के नाल मिले तो नाले का जिम ठीक है कमेंट जरूर करो मिलते हैं जी आप अगले ब्लॉग से थैंक यू वेरी मच हैरी महाराज खुतन हाउस शोकर वाले है तज लगा इधर बैकयार्ड इधर होना आप फिर बनावे चंगी तरह बी अंदर अंदर सारा है ना ठीक है जी ओके जी।